ਅਸੀਂ ਪੰਜਾਬ ਨੂੰ ਬੋਲਦੇ ਵੀ ਵੇਖਿਆ ਅਤੇ ਕਈਆਂ ਨੇ ਪੰਜਾਬ ਨੂੰ ਉਡਾਇਆ ਵੀ ਹੈ। ਅਤੇ ਇੱਕ ਪਾਸੇ ਸਿੰਘ ਇਜ਼ ਕਿੰਗ ਦੇ ਤੌਰ 'ਤੇ ਵੀ ਆਏ ਨੇ ਅਤੇ ਸਿੰਘ ਇਜ਼ ਬਲਿੰਗ ਦੇ ਤੌਰ 'ਤੇ ਵੀ ਆਏ ਨੇ। ਅਤੇ ਹੁਣ ਜਿਹੜਾ ਹੈ ਪੰਜਾਬ 'ਚ ਸਿੰਘ ਨੂੰ ਇਕੱਠਾ ਕਰ ਦਿੱਤਾ, ਕਹਿ ਰਹੇ ਪੰਜਾਬ ਸਿੰਘ। ਕੌਣ ਕਹਿ ਰਹੇ ਨੇ? ਅੱਜ ਇੱਕ ਰਾਊਂਡ ਟੇਬਲ ਕਾਨਫਰੰਸ ਨਹੀਂ ਹੈ, ਇੱਕ ਆਮ ਅਸੀਂ ਬੈਠੇ ਹਾਂ ਗੱਲਬਾਤ ਕਰਨ ਵਾਸਤੇ। ਸਾਡੇ ਨਾਲ ਗੁਰਜਿੰਦਰ ਭਾਅ ਜੀ ਨੇ, ਸਾਰਥਿਕ ਹੈ ਅਤੇ ਗੁਰਜਿੰਦਰ ਮਾਨ ਜੀ ਆਇਆਂ ਨੂੰ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ ਭਾਅ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਪੀਟੀਸੀ ਦੇਖ ਰਹੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਗਰੁੱਪ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਤੁਸੀਂ ਇਹਦੀ ਸਕ੍ਰਿਪਟ ਜਿਹੜੀ ਹੈ ਉਹ ਲਿਖੀ, ਸਟੋਰੀ ਲਾਈਨ ਤੋਂ ਹਟੀ ਹੈ ਪੰਜਾਬ ਸਿੰਘ। ਇਹ ਪਹਿਲੇ ਤਾਂ ਟਾਈਟਲ ਆਪਣੇ ਆਪ ਵਿੱਚ ਬੜਾ ਅਨੋਖਾ ਜਿਹਾ, ਤੁਸੀਂ ਪੰਜਾਬ ਅਤੇ ਸਿੰਘ ਨੂੰ ਰਿਲੇਟ ਜਿਹੜਾ ਕੀਤਾ ਪਹਿਲੇ ਤਾਂ ਉਸ ਬਾਰੇ ਦੱਸੋ ਜੀ। ਦੇਖੋ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਜਿਹਨੂੰ ਆਪਾਂ ਫਿਲਮ 'ਚ ਦੱਸਿਆ, ਅਤੇ ਮੈਂ ਚਾਹੁੰਦਾ ਸੀ ਕਿ ਉਹ ਪੰਜਾਬ ਦੀਆਂ ਕੁਰੀਤੀਆਂ ਪੰਜਾਬ ਸਿੰਘ ਹੀ ਦੂਰ ਕਰੇ। ਸੋ ਇਸ ਕਰਕੇ ਮੈਂ ਉਹ ਟਾਈਟਲ, ਮੈਨੂੰ ਜ਼ਿਆਦਾ ਪਾਵਰਫੁਲ ਲੱਗਿਆ ਕਿ ਅਗਰ ਪੰਜਾਬ ਹੀ ਆਪਣੇ ਆਪ ਨੂੰ ਰੀਪ੍ਰਜੈਂਟ ਕਰਦਾ, ਉਹ ਆਪ ਹੀ ਇੱਕ ਬੰਦੇ ਦੇ ਰੂਪ 'ਚ ਆ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕੁਰੀਤੀਆਂ ਦੂਰ ਕਰਦਾ, ਕਿਉਂਕਿ ਕਹਿੰਦੇ ਪਰਮਾਤਮਾ ਜਿਹੜਾ ਉਹ ਆਪ ਥੱਲੇ ਨਹੀਂ ਆਉਂਦਾ, ਉਹ ਕਿਸੇ ਬੰਦੇ ਨੂੰ ਭੇਜਦਾ। ਤਾਂ ਉਹਨੇ ਉਹ ਰੂਹ ਪੰਜਾਬ ਸਿੰਘ 'ਚ ਫੂਕਤੀ ਅਤੇ ਉਹਨੇ ਉਹ ਸਾਰੀਆਂ ਕੁਰੀਤੀਆਂ ਨੂੰ ਜਿਹੜਾ ਉਹ ਦੂਰ ਕੀਤਾ। ਸੋ ਪੰਜਾਬ ਸਿੰਘ ਨਾਮ ਤਾਂ ਰੱਖਿਆ ਕਿ ਉਹ ਜਿਹੜੀਆਂ ਪੰਜਾਬ 'ਚ ਕੁਰੀਤੀਆਂ ਨੇ ਉਹਨੂੰ ਪੰਜਾਬ ਸਿੰਘ ਹੀ ਦੂਰ ਕਰੇ, ਉਹ ਮੈਨੂੰ ਵੱਡਾ ਲੱਗਿਆ। ਅਤੇ ਕੌਫੀ ਮੇਰੇ ਖਿਆਲ ਨਾਲ ਲੱਗ ਗਈ, ਕੋਈ ਨਹੀਂ ਵਿੱਚ ਆ ਸਕਦੇ ਹੋ ਤੁਸੀਂ, ਯੂ ਕੈਨ ਸਰਵ ਦ ਕੌਫੀ, ਨੋ ਪ੍ਰੋਬਲਮ, ਪਲੀਜ਼ ਪਲੀਜ਼ ਪਲੀਜ਼। ਅਤੇ ਅੱਜ ਗੱਲਬਾਤ ਨਾਲ ਕੌਫੀ ਤਾਂ ਮੈਨੂੰ ਕਰਦਾ, ਲੋਟਸ ਕੈਨ ਹੈਪਨ ਓਵਰ ਅ ਕੱਪ ਆਫ ਕੌਫੀ, ਅਤੇ ਅੱਜ ਬਹੁਤ ਸਾਰੀ ਗੱਲਾਂ ਹੋਣੀਆਂ ਵਿਦ ਅ ਕੱਪ ਆਫ ਕੌਫੀ। ਅਤੇ ਸਿੱਧੂ ਸਾਹਿਬ, ਇਸ ਤੋਂ ਪਹਿਲੇ ਤੁਸੀਂ ਯੋਧਾ ਦੇ ਵਿੱਚ ਇੱਕ ਟੋਟਲੀ ਜ਼ਬਰਦਸਤ ਲੁੱਕ ਦੇ ਵਿੱਚ ਨਜ਼ਰ ਆਏ, ਪੋਸਟਰ ਵੇਖ ਕੇ ਮੈਨੂੰ ਜਿਹੜਾ ਲੱਗ ਰਿਹਾ ਕਿ ਇਹਦੇ ਵਿੱਚ ਵੀ ਐਕਸ਼ਨ ਭਰਪੂਰ ਹੋਣ ਵਾਲਾ। ਜੀ ਜੀ ਬਿਲਕੁਲ, ਐਕਸ਼ਨ ਭਰਪੂਰ ਫਿਲਮ ਹੈ ਜੀ, ਐਕਸ਼ਨ, ਮਿਊਜ਼ਿਕ, ਸਾਰਾ ਕੁਛ ਹੀ ਫਿਲਮ ਦੇ ਜਿਹੜੀਆਂ ਨੇ USP ਨੇ, ਤਾਂ ਮੇਰੇ ਖਿਆਲ ਨਾਲ ਇੱਕ ਬੜਾ ਵਧੀਆ ਪ੍ਰੋਡਕਟ ਬਣ ਕੇ ਨਿਕਲੂਗਾ। ਹੁਣ ਤੱਕ ਦਾ ਜਿੰਨਾ ਕੰਮ ਪ੍ਰੀ ਪ੍ਰੋਡਕਸ਼ਨ ਸਟੇਜ ਦੇ ਉੱਪਰ ਹੋਇਆ, ਮਿਊਜ਼ਿਕ ਜਿਵੇਂ ਬਣ ਕੇ ਰੈਡੀ ਹੈ, ਸੋ ਬਹੁਤ ਕਮਾਲ ਦਾ ਮਿਊਜ਼ਿਕ ਬਣਿਆ, ਬਹੁਤ ਕਮਾਲ ਦੇ ਸਿੰਗਰਾਂ ਨੇ ਆਪਣੀ ਆਵਾਜ਼ ਦਿੱਤੀ ਹੈ, ਸੋ ਹਰ ਪੱਖ ਦੇ ਉੱਪਰ ਕੰਮ ਹੋ ਰਿਹਾ। ਸੋ ਐਕਸ਼ਨ ਦੇ ਉੱਤੇ ਜਿਹੜੀ ਇਹਨਾਂ ਨੇ, ਗੁਰਜਿੰਦਰ ਹੋਣਾ ਨੇ ਟੀਮ ਹਾਇਰ ਕੀਤੀ ਆ, ਕੇ ਗਣੇਸ਼ ਜਿਹੜੇ ਕਿ ਮੰਨੇ ਪਰਮੰਨੇ ਐਕਸ਼ਨ ਡਾਇਰੈਕਟਰ ਨੇ, ਸੋ ਉਹਨਾਂ ਨੇ ਜੁਆਇਨ ਕਰਨਾ ਸਾਨੂੰ, ਸੋ ਹਰ ਲਿਹਾਜ਼ ਤੋਂ ਜਿਹੜਾ ਹੈ ਕੋਈ ਵੀ ਕਸਰ ਢਿੱਲ ਮੱਠ ਨਹੀਂ ਕੀਤੀ ਜਾ ਰਹੀ। ਸੋ ਮੈਨੂੰ ਲੱਗਦਾ ਇੱਕ ਬਹੁਤ ਵਧੀਆ ਪ੍ਰੋਡਕਟ, ਇੱਕ ਬਹੁਤ ਵਧੀਆ ਫਿਲਮ ਬਣੂਗੀ। ਅਤੇ ਸਰਪ੍ਰਾਈਜ਼ ਐਲੀਮੈਂਟ ਇਹਦੇ ਵਿੱਚ ਇੱਕ ਹੈ ਕਿ ਸਾਰਥੀ ਕੇ ਭਾਅ ਜੀ, ਤੁਸੀਂ ਗਾਉਂਦੇ ਇਹਨਾਂ ਨੂੰ ਵੇਖਿਆ, ਹੁਣ ਇਹ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ, ਤਾਂ ਭਾਅ ਜੀ ਮੈਂ ਪੋਸਟਰ ਦੇ ਵਿੱਚ ਵੇਖ ਰਿਹਾ ਪੰਜਾਬ ਪੁਲਿਸ ਦਾ ਕਿਰਦਾਰ ਦੇ ਨੇ। ਜੀ, ਪੰਜਾਬ ਪੁਲਿਸ ਦਾ ਕਿਰਦਾਰ ਆ ਜੀ, ਅਤੇ ਇੱਕ ਸੱਚਾ ਅਤੇ ਇਮਾਨਦਾਰ, ਆਪਾਂ ਕਹਿੰਦੇ ਹਾਂ ਵੀ ਜ਼ਿਆਦਾਤਰ ਜਿੱਦਾਂ ਆਪਾਂ ਦੇਖਦੇ ਹਾਂ ਵੀ ਪੁਲਿਸ ਕਿੱਦਾਂ ਦੀ ਹੈ ਨਾ, ਕਿੱਦਾਂ ਦੇ, ਜ਼ਿਆਦਾਤਰ ਹਰੇਕ ਬੰਦਾ ਪੁਲਿਸ ਨੂੰ ਕਈ ਵਾਰੀ ਕਹਿੰਦਾ ਵੀ ਨਹੀਂ ਜੀ ਪੁਲਿਸ ਦਾ ਦੋਸ਼ ਹੈ ਜੀ, ਪੁਲਿਸ ਬਦਨਾਮ ਹੈ ਜੀ, ਇਹ ਮਤਲਬ ਉਹਦੇ ਵਿੱਚ ਇੱਕ ਦਿਖਾਇਆ ਗਿਆ ਵੀ ਮਤਲਬ ਪੁਲਿਸ ਇੱਦਾਂ ਦੀ ਨਹੀਂ ਹੁੰਦੀ। ਅਤੇ ਉਹ ਬਾਕੀ ਹੁਣ ਮੈਂ ਸਟੋਰੀ ਰਿਵੀਲ ਨਹੀਂ ਕਰਨਾ ਚਾਹੁੰਦਾ ਨਾ, ਕਿਉਂਕਿ ਉਹ ਫਿਰ ਕਹਿੰਦੇ ਨਾ ਵੀ ਸਸਪੈਂਸ ਜਿਹਾ ਮਰ ਜਾਂਦਾ, ਬੰਦਾ ਕਹਿੰਦਾ ਵੀ ਹਾਂ ਇੱਦਾਂ ਦੀ ਹੋਣੀ, ਪਰ ਉਹ ਆਪਾਂ ਦਿਖਾਵਾਂ। ਐਕਟਿੰਗ ਵਾਲੇ ਪਾਸੇ ਅਚਾਨਕ ਕਿੱਦਾਂ ਤੁਹਾਡੀ, ਮੈਂ ਸੁਣਿਆ ਬੜਿਆਂ ਕੋਲੋਂ ਕਿ ਯਾਰ ਉਹ ਮਿਮਿਕਰੀ ਬੜੀ ਵਧੀਆ ਕਰਦੇ ਨੇ, ਜ਼ਬਰਦਸਤ ਕਰ, ਅੱਜ ਮੌਕਾ ਤਾਂ ਹੈ ਹੀ, ਅੱਜ ਅਸੀਂ ਮਿਮਿਕਰੀ ਵੀ ਇਹਨਾਂ ਕੋਲੋਂ ਕਰਾਵਾਂਗੇ, ਪਰ ਇਸ ਪਾਸੇ ਯੂਟਿਊਬ 'ਤੇ ਸਪੈਸ਼ਲੀ ਦੇਖੀ ਇਹਨਾਂ ਦੀ ਮਿਮਿਕਰੀ ਮੈਂ, ਬਹੁਤ ਕਮਾਲ ਹੈ। ਨਹੀਂ ਨਹੀਂ, ਥੈਂਕ ਯੂ ਜੀ, ਥੈਂਕ ਯੂ। ਮੈਂ ਬਸ ਜਿੱਦਾਂ ਭਾਅ ਜੀ ਹੁਣੀ ਸਾਡੇ ਕੋਲ ਆਏ ਅਸੀਂ ਬੈਠੇ ਸੀਗੇ, ਅਤੇ ਇਹਨਾਂ ਨੇ ਮਤਲਬ ਰੋਲ ਲਿਖਿਆ ਸੀ ਕਿਸੇ ਹੋਰ ਵਾਸਤੇ, ਅਤੇ ਮੈਂ ਕਿਹਾ ਭਾਅ ਜੀ ਵੀ ਇਹ ਤਾਂ ਮੈਂ ਕਰਨਾ, ਅਤੇ ਮਤਲਬ ਇੱਕ ਗਦਾਰੀ ਫਸ ਗਈ ਹੈ ਨਾ, ਅਤੇ ਉਹ ਕਹਿੰਦੇ ਵੀ ਵੀ ਮਤਲਬ ਇੰਸਪੈਕਟਰ ਦਾ ਰੋਲ ਆ, ਅਤੇ ਮੈਂ ਕਿਹਾ ਭਾਅ ਜੀ ਮੈਂ ਕਰੂੰਗਾ ਹੈ ਨਾ। ਅਤੇ ਆਪਾਂ ਕਈ ਵਾਰੀ ਹੁੰਦਾ ਕਿ ਸਾਨੂੰ ਲੱਗਦਾ ਹੁੰਦਾ ਕਹਿਣਾ ਬਹੁਤ ਸੌਖਾ ਹੁੰਦਾ, ਜਦੋਂ ਤੁਹਾਨੂੰ ਕਰੈਕਟਰ ਮਿਲ ਜਾਂਦਾ ਤੁਸੀਂ ਕਹਿੰਦੇ ਹੋ ਵੀ ਹਾਂ ਯਾਰ ਵੀ ਕਰੈਕਟਰ ਮਿਲ ਗਿਆ ਅਤੇ ਕਰ ਦਿਉ, ਉਹ ਜਦੋਂ ਤੁਸੀਂ ਉਸ ਚੀਜ਼ਾਂ ਦੇ ਵਿੱਚ ਰਹਿੰਦੇ ਹੋ, ਉਸ ਕਰੈਕਟਰ ਦੇ ਨਾਲ ਰਹਿੰਦੇ ਹੋ, ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਗੁਰਜਿੰਦਰ ਭਾਅ ਜੀ, ਜੇ ਸਿੰਗਰ ਨੂੰ ਲੈ ਲਓ ਐਕਟਰ ਦੇ ਤੌਰ 'ਤੇ, ਅਤੇ ਗਾਇਕੀ ਵਾਲੇ ਪਾਸੇ ਵੀ ਕਹਿੰਦੇ ਥੋੜ੍ਹਾ ਕਨਸੈਸ਼ਨ ਹੋ ਜਾਂਦਾ, ਕਿਤੇ ਉਹ ਇਰਾਦਾ ਤਾਂ ਨਹੀਂ ਜੀ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਅਸਲ 'ਚ ਨਾ ਮੇਰਾ ਜਿਹੜਾ SSP ਹੈ ਨਾ, ਦੇਖੋ ਉਹ ਕਰੈਕਟਰ ਇੱਦਾਂ ਦਾ ਸੀ ਜਦੋਂ ਮੈਂ ਸਾਰਥੀ ਨੂੰ ਮਿਲਿਆ, ਉਹਦੀ ਦਾੜੀ, ਉਹਨੇ ਮੁੱਛਾਂ ਰੱਖੀਆਂ, ਉਹ ਲੁੱਕ ਉੱਦਾਂ ਦੀ। ਇੱਕ ਛੋਟਾ SSP ਵੀ ਹੈ ਉਹਦੇ ਬਚਪਨ ਦੀ ਕਹਾਣੀ, ਅਤੇ ਜਿਹੜਾ ਉਹ ਲੜਕਾ ਪਹਿਲਾਂ ਮਤਲਬ ਅਸੀਂ ਉਹਨੂੰ ਉਹ ਕਰ ਲਿਆ, ਮਤਲਬ ਪਹਿਲਾਂ ਫਾਈਨਲ ਕਰ ਲਿਆ, ਤਾਂ ਉਹਦਾ ਰੰਗ ਵੀ ਸਾਵਲਾ ਹੈ ਥੋੜ੍ਹਾ। ਮੈਂ ਸਾਰਥੀ ਨੂੰ ਮਿਲਿਆ, ਮੈਂ ਕਿਹਾ ਸਾਰਥੀ ਤੇਰੇ ਬਚਪਨ ਮਤਲਬ ਤੇਰਾ ਬਚਪਨ ਅਤੇ ਤੂੰ ਜਿਹੜਾ ਇੱਕੋ ਜਿਹਾ। ਉਸ ਤੋਂ ਬਾਅਦ ਅਸੀਂ ਵਰਦੀ ਸਵਾਈ ਸਾਰਥੀ ਦੀ, ਇਹਦੀ ਪੱਗ, ਇਹਨੂੰ ਲੈ ਕੇ ਗਏ, ਇਹਨੂੰ ਪੂਰੀ ਡਰੈਸ ਪਵਾ ਕੇ ਫੋਟੋਆਂ ਖਿੱਚੀਆਂ, ਔਰ ਫਿਰ ਸਾਨੂੰ ਲੱਗਿਆ ਕਿ ਯੈਸ SSP ਮਤਲਬ ਅਰਜੁਨ ਸਿੰਘ ਲੱਗਦਾ। ਦੋ ਗੋਡੇ ਦਿਨ ਥਾਣੇ 'ਚ ਵੀ ਲਵਾ ਦੇਣੇ ਸੀ ਫਿਰ ਜ਼ਿਆਦਾ। ਇਹਨਾਂ ਨੇ ਜਿਹੜੀ ਹੁਣੇ ਹੁਣੇ ਜਿਹੜੀ ਹੁਣੇ ਗੱਲ ਕਹੀ ਇਹਨਾਂ ਨੇ, ਜਿਸ ਦਿਨ ਅਸੀਂ ਇਹਨਾਂ ਦਾ ਫੋਟੋਸ਼ੂਟ ਕੀਤਾ, ਇਹਨਾਂ ਨੇ ਉਸ ਦਿਨ ਹੀ ਮੈਨੂੰ ਕਿਹਾ ਕਿ ਮੈਂ ਜਾਊਂਗਾ ਔਰ ਮੈਂ ਪੂਰਾ ਇਸ ਕਰੈਕਟਰ 'ਚ ਵੜੂੰਗਾ। ਅਤੇ ਲੁੱਕ ਦੇ ਐਕਸਪੈਰੀਮੈਂਟ ਦੀ ਗੱਲ ਕੀਤੀ ਜਾਏ ਭਾਅ ਜੀ, ਤੁਸੀਂ ਸਾਡਾ ਹੱਕ ਵੇਖੀਏ, ਸ਼ਰੀਕ ਵੇਖੀਏ, ਯੋਧਾ ਵੇਖੀਏ, ਟੋਟਲੀ ਲੁੱਕ ਨਾਲ ਐਕਸਪੈਰੀਮੈਂਟ, ਇਸ ਵਿੱਚ ਵੀ ਕੁਛ ਐਕਸਪੈਰੀਮੈਂਟ ਉਹੋ ਜਿਹਾ ਨਜ਼ਰ ਆਏਗਾ?
हाँ जी बिल्कुल जी, ये जिहड़ी मेरी लुक है ये जदों मैनू गुरजिंद मान हुणी मिले सी, मैं उस तो बाद ये डिवेलप की है, तो हुण जल्दी शूट शुरू होने वाला। सो अदरवाइज़ मेरी नैचुरल लुक यह है नहीं कि मेरे वाल नॉर्मली नैचुरली करली ने, सो जिहड़ा शरीक दे विच लुक सी, सो ये डेफिनेटली लुक दे प्रति ये बहुत पर्टिकुलर सी कि सानू एहो जिहा चाहिदा लिखारी जिहड़ा मेरा करैक्टर है, एक फॉर्मर बॉक्सर है। सो मैनू लगता काफ़ी मज़ा आऊगा करके। पीरियोडिक असी कोई ड्रामा पेश करते हैं, हालांकि इन्ने साल पर फिर भी जो वेखिया जाए 1980-1960 में काफ़ी एक वक्वा बीतिया, वो आर्ट डायरेक्शन का जिहड़ा एक बड़ा अहम रोल होंगे, उस पक्षों कि काम किया। बिल्कुल जी, आर्ट डायरैक्टर साढ़े बॉम्बे तो आए हैं, वो एक हफ्ता पहला अमृतसर पहुँच चुके हैं, उत्थे वर्क चल रहा पूरा, तो वो असी जिहड़ी क्राउड दियाँ ड्रैसिज 200 ड्रैसिज असी क्राउड दियाँ 100 1980 100 ड्रैसिज 1960 असी उस वा के रखी हुई हैं, लोगों को क्राउड भी चलता फिरता जो 1960 का 1980 का नज़र आएगा। तो इस अलावा म्यूजिक के हवाले नाल जे भाजी गल की जाए तो वो तुहाडे कोल पुछना चाहेंगे कि म्यूजिक के हवाले किन्ने गीत ने, क्योंकि एक प्रोमीनेंट फिगर भावें बॉलीवुड हो या पंजाबी सिनेमा हो म्यूजिक भी रहा। म्यूजिक तकरीबन सारा ही मतलब बहुत वधिया म्यूजिक जिहड़ा कीता जी, हाँ जी टोटल 9 गाने जी, तो नूरा सिस्टर ने गाया जी, निंजे ने गाया जी, तो बाकी सारे जिन्हें होर भी सारे वड्डे काफ़ी जिन्होंने सारे ने गाया जी, तो म्यूजिक पक्षों मतलब लगेगा भी यही होगा भी गाना धक्के थोपया होया भी, जिमें लगता ना भी इतने स्टोरी पूरी नहीं होंगी भी गाना पा दो, वो काम नहीं होगा जी, तो मतलब अपने वालों पूरी कोशिश की हुई है जी। हूँ जो मैं स्टार्टिंग गया सी मिमिकरी जी, असी एक गीत है जोड़ा पुराना है तेरे नहीं करारा मैं पटिया, अज वो असी वक्रिया वक्रिया आवाज़ा में सुनना है भाजी वालों, जोड़े फेवरेट ने तो थोड़े भी जोड़े फेवरेट सिंगर ने, तुम एक एक करके ना लेने ने तो इधरों फिर आन दौ जैजी भी स्टाइल च निजी ने मेरा दिल लुटिया निजी ने मैनू मार सुटिया लक पतला बलौरी ओद नैन नैन कन झुमके हुलारे ओद लैन लैन गल कर दी शायद तो मिठिया निजी ने मेरा दिल लुटिया ओ मिया कोशिशता की है लभण लई लखा ने पर जिन्ना नू ओ दसद ओ कोई होर अखाने। एक दिन एक फकीर साईं दा गली चो लंघिया जावे कोठे उते एक हसीना जुल्फां पई सुकावे वेख वेख के सूरत उसकी बाबा गिरदा पावे कुदरत ने क्या चीज़ बनाई कादर दे गुण गावे खबरे उस हसीना दे की गल दिल विच आई कहिंदी खड़ जा कुत्तिया साडा अपना खसम पला के लियाई अख तेरे उत्ते रखा के मैं यार ही उत्ते रखा सोहणिया नू वेख के तां हर कोई खलोवेगा ਉਹ ਸੋਹਣੇ ਜੋ ਬਣਾਉਂਦਾ ਆਪ ਕਿੰਨਾ ਸੋਹਣਾ ਹੋਵੇਗਾ। ਸੋਹਣੀ ਮਿਮਿਕਰੀ ਹੈ, ਉਮੀਦ ਕਰਦੇ ਹਾਂ ਕਿ ਫਿਲਮ ਪੰਜਾਬ ਸਿੰਘ ਵੀ ਪੂਰੀ ਸੋਹਣੀ ਹੋਵੇ, ਸੁਲੱਖਣੀ ਹੋਵੇ ਅਤੇ ਲੋਕਾਂ ਨੂੰ ਖੂਬ ਪਸੰਦ ਆਵੇ। ਥੈਂਕ ਯੂ ਵੈਰੀ ਮਚ। ਥੈਂਕ ਯੂ।